ਪੰਜਾਬ 'ਚ ਰਹਿੰਦੇ ਨਜ਼ਾਰੇ ਨਜ਼ਾਰੇ ਨੇ। ਹਾਂਜੀ ਹਾਂਜੀ, ਇੱਥੇ ਫਲੱਡ ਵੀ ਆਉਂਦਾ ਹੈ, ਇੱਥੇ ਧੁੱਪਾਂ ਵੀ ਆਉਂਦੀਆਂ ਨੇ, ਇੱਥੇ ਸੇਕਾਂ ਵੀ ਹੈ ਅਤੇ ਠੰਡ ਵੀ ਹੈ, ਸਭ ਕੁਛ ਸਭ ਕੁਝ ਇੱਥੇ ਹੀ ਹੈ ਜੀ ਪੰਜਾਬ 'ਚ ਹੀ ਹੈ। ਭਗਵੰਤ ਮਾਨ ਸਾਹਿਬ ਜੀ ਤਾਂ ਤੁਸੀਂ ਵੀਡੀਓ ਦੇਖੀ ਹੋਣੀ ਹੈ। ਹਾਂਜੀ ਹਾਂਜੀ ਜ਼ਰੂਰ ਦੇਖੀ ਹੋਈ, ਕਿੰਨੇ ਕੁਛ ਹੁੰਦੇ ਨੇ ਨਾ, ਫਲੱਡ ਦਾ ਇਫੈਕਟ ਸ਼ਹਿਰਾਂ ਨੂੰ ਭਾਵੇਂ ਨਾ ਪਿਆ ਹੋਵੇ ਨਾ, ਪਰ ਮੇਰਾ ਖਿਆਲ ਪਿੰਡਾਂ ਵਾਲਿਆਂ ਨੂੰ ਬਹੁਤ ਪਿਆ ਵਾ। ਪਿੰਡਾਂ 'ਚ ਬਹੁਤ, ਲੋਕ ਕਹਿੰਦੇ ਨੇ ਜੀ ਵੀ ਫਲੱਡ ਆ ਗਿਆ ਚਲਾ ਗਿਆ, ਪਰ ਫਸਲ ਨੂੰ ਫਰਕ ਨਹੀਂ ਪਿਆ। ਫਰਕ ਪੈਂਦਾ ਵੀਰੇ, ਫਸਲ ਦੱਬੀ, ਕਣਕ ਦੱਬੀ, ਵੀ ਅੱਜ ਦੀ ਡੇਟ 'ਚ ਕਣਕ ਮਹਿੰਗੀ ਕਿਉਂ ਹੋ ਰਹੀ ਹੈ, ਮੇਰੇ ਫੈਕਟ ਉਹਦਾ ਵੀ ਅੱਗੇ ਜਾ ਕੇ ਪੈਣਾ। ਹਲੇ ਤਾਂ ਕਣਕ ਮਹਿੰਗੀ ਹੋਣੀ ਹੈ ਤੁਹਾਡੇ ਲਈ, ਕਣਕ ਮਹਿੰਗੀ ਹੋਣੀ, ਆਟਾ ਮਹਿੰਗਾ, ਸਟਾਰਟਿੰਗ ਹੋਈ ਹੈ। ਹਾਂ, ਕੁਝ ਵੀ ਨਹੀਂ ਕਹਿਦਾ ਹਲੇ, ਮੱਖਣ ਦਾ ਥੈਲੀ ਦੇਖੋ ਕਿੰਨੀ ਸੋਹਣੀ ਮਿਲਦੀ ਸਸਤੇ ਰੇਟ। ਹਾਂ ਬਿਲਕੁਲ ਭਾਜੀ, ਹਾਂ ਟਮਾਟਰ ਤਾਂ, ਟਮਾਟਰ ਹੀ ਦੇਖ ਲਓ ਕਿੰਨੇ ਕਿੱਥੇ ਪਹੁੰਚ ਗਏ, ਟਮਾਟਰ ਤਾਂ ਗਹਿਣੇ ਪਾਣੇ ਆਪਾਂ, ਗਹਿਣੇ ਪਾਣੇ। ਹਾਂ ਗਹਿਣੇ ਬਣਾ ਬਣਾ ਦੇਣੇ ਆਉਣ ਵਾਲੇ ਟਾਈਮ 'ਚ। ਵੇਖੋ ਤੁਸੀਂ, ਜਿਹੜਾ ਬੰਦਾ ਆਮ ਤੁਹਾਡੀ ਗਲੀ ਮੁਹੱਲੇ 'ਚ ਬੈਠਾ ਕਣਕ ਪੀਂਦਾ ਪੈਣਾ, ਉਹ ਬੰਦਾ ਨਹੀਂ ਗੱਲ ਕਰ ਸਕਦਾ। ਹੁਣ ਤੁਹਾਨੂੰ ਆਪਣੀ ਗੁੱਡਵਿਲ ਰੱਖਣੀ ਹੈ, ਉਹਨੂੰ ਪਤਾ ਭਾਈ ਮੇਰਾ ਘਰ ਬਾਹਰ ਹੈ, ਹੁਣ ਜਿਹੜਾ ਪੈਕਿੰਗ ਦੇ ਰਿਹਾ ਉਹਨੇ ਤਾਂ ਕਹਿਣਾ ਵੀ ਵਪਾਰ ਹੈ, ਚੱਲਣ ਦਿਓ, ਵਪਾਰ ਲੱਗ ਗਿਆ, ਪਿਆਰ ਲੱਗ ਗਿਆ। ਹਾਂਜੀ ਦਵਿੰਦਰ ਭਾਜੀ, ਕੀ ਹਾਲ ਚਾਲ? ਬਹੁਤ ਵਧੀਆ ਸਰ, ਤੁਸੀਂ ਸੁਣਾਓ? ਬਹੁਤ ਵਧੀਆ ਭਾਜੀ, ਹੋਰ ਨਵੀਂ ਤਾਜੀ ਕੋਈ? ਬਸ ਚੱਲੀ ਜਾਂਦਾ ਭਾਜੀ, ਰੱਬ ਦੀ ਦਿਆ। ਵਧੀਆ, ਪੰਜਾਬ 'ਚ ਰਹਿੰਦੇ ਨਜ਼ਾਰੇ ਨਜ਼ਾਰੇ ਨੇ। ਹਾਂਜੀ ਹਾਂਜੀ, ਇੱਥੇ ਫਲੱਡ ਵੀ ਆਉਂਦਾ, ਇੱਥੇ ਧੁੱਪਾਂ ਵੀ ਆਉਂਦੀਆਂ ਨੇ, ਇੱਥੇ ਸੇਕਾਂ ਵੀ ਹੈ ਤੇ ਠੰਡ ਵੀ ਹੈ, ਸਭ ਕੁਛ ਸਭ ਕੁਝ ਇੱਥੇ ਹੀ ਹੈ ਜੀ ਪੰਜਾਬ 'ਚ ਹੀ ਹੈ। ਫੈਕਟ ਹਰੇਕ ਚੀਜ਼ ਦਾ ਰਹਿੰਦਾ ਤੇ ਬਾਕੀ ਮੈਂ ਕਹਿੰਦਾ ਜੀ, ਅੱਜ ਨਾ ਆਪਾਂ ਫੈਕਟ ਦੀ ਜੇ ਗੱਲ ਕਰਨ ਲੱਗੇ ਨਾ, ਅੱਜ ਆਪਾਂ ਜਿਹੜਾ ਥੋੜੇ ਟਾਈਮ ਪਹਿਲਾਂ ਦਾ ਪਿਆ ਫੈਕਟ ਉਹ ਗੱਲ ਕਰਦੇ ਹਾਂ। ਭਗਵੰਤ ਮਾਨ ਸਾਹਿਬ ਜੀ ਤਾਂ ਤੁਸੀਂ ਵੀਡੀਓ ਦੇਖੀ ਹੋਣੀ ਹੈ। ਹਾਂਜੀ ਹਾਂਜੀ ਜ਼ਰੂਰ ਦੇਖੀ, ਕਿੰਨੇ ਕੁਛ ਹੁੰਦੇ ਨੇ ਨਾ, ਤੇ ਗੱਲ ਇੱਦਾਂ ਨਾ ਵੀ ਇਫੈਕਟ ਹੋਣੇ ਨਾ, ਜਿਵੇਂ ਫਲੱਡ ਦੀ ਗੱਲ ਕੀਤੀ ਨਾ ਤੁਹਾਡੇ ਸਾਹਮਣੇ, ਫਲੱਡ ਤਾਂ ਚਲਾ ਗਿਆ, ਕੁਛ ਪਾਕਿਸਤਾਨ ਨੇ ਲੈ ਲਿਆ, ਕੁਛ ਜ਼ਮੀਨ 'ਚ ਸਮਾ ਗਿਆ, ਕੁਛ ਹਿਮਾਚਲ ਦੇ ਬਾਰੇ, ਬਸ ਬਸ ਨਜ਼ਾਰੀ ਨੇ। ਹੋਰ ਕੀ, ਆਪਾਂ ਨਜ਼ਾਰੀ ਕਵਾਂਗੇ ਕਿਉਂਕਿ ਜ਼ਿੰਦਗੀ ਸਹੀ ਚੱਲੀ ਜਾਂਦੀ ਹੈ, ਸ਼ਿਕਾਇਤ ਕਰਾਂਗੇ ਤੇ ਗੱਲ ਮੰਨੀ ਨਹੀਂ ਜਾਂਦੀ। ਆਪਣਾ ਤੇ ਗੱਲ ਜਿਹੜਾ ਵੀ ਮੁੱਦਾ ਚੱਕਣ ਦਾ ਆਪਣਾ ਹੈਗਾ ਫੋਕਸ, ਤੇ ਜਿਵੇਂ ਫਲੱਡ ਦਾ ਇਫੈਕਟ ਕੀ ਨਾ, ਜਿਵੇਂ ਮੇਨ ਮੈਂ ਤੁਹਾਨੂੰ ਜੇ ਦੱਸਾਂ, ਫਲੱਡ ਦਾ ਇਫੈਕਟ ਸ਼ਹਿਰਾਂ ਨੂੰ ਭਾਵੇਂ ਨਾ ਪਿਆ ਹੋਵੇ ਨਾ, ਪਰ ਮੇਰਾ ਖਿਆਲ ਪਿੰਡਾਂ ਵਾਲਿਆਂ ਨੂੰ ਬਹੁਤ ਪਿਆ ਵਾ। ਪਿੰਡਾਂ 'ਚ ਬਹੁਤ ਪਿਆ, ਲੋਕੀ ਕਹਿੰਦੇ ਨੇ ਜੀ ਵੀ ਫਲੱਡ ਆ ਗਿਆ ਚਲਾ ਗਿਆ, ਪਰ ਫਸਲ ਨੂੰ ਫਰਕ ਨਹੀਂ ਪਿਆ। ਫਰਕ ਪੈਂਦਾ ਵੀਰੇ, ਫਸਲ ਦੱਬੀ, ਕਣਕ ਦੱਬੀ, ਹੁਣ ਕਣਕ ਨੇ ਕਾਲਾ ਹੋ ਜਾਣਾ, ਹੁਣ ਉਹੀ ਕਣਕ ਜਦੋਂ ਉਹਨਾਂ ਨੇ ਕੈਮੀਕਲ 'ਚ ਧੋ ਕੇ ਸਾਫ ਕਰਕੇ, ਕਾਫੀ ਲੋਸ ਹੋ ਰਹੀ ਚੀਜ਼ਾਂ, ਲੋਸ ਤਾਂ ਬਹੁਤ ਹੈ ਵੀਰੇ। ਜਿਹਦੀ ਕਣਕ ਗਈ ਉਹਦੀ ਕਣਕ ਖਰੀਦਣੀ ਉਹਨਾਂ ਨੇ ਚੌਥੇ ਹਿੱਸੇ ਦੇ, ਚੌਥੇ ਠੀਕ ਹੈ ਨਾ, ਮੈਨੂੰ 10,000 ਮਿਲਣਾ, ਮੈਨੂੰ 2,500 ਮਿਲਿਆ ਜੀ, 2,500 ਮਿਲਿਆ ਨਾ, 2,500 ਵਾਲਾ ਬੰਦਾ ਕਿੱਥੇ ਕੁਛ ਹੋਏਗਾ 10,000 ਦੇ, ਬਿਲਕੁਲ ਖਰਚੇ ਹਰੇਕ ਦੇ ਨੇ, ਨਾਲੇ ਫਿਰ ਅਗਲਾ ਰੋਂਦਾ, ਨਾਲੇ ਸਭ ਤੋਂ ਇਫੈਕਟ ਵੱਡਾ ਦੱਸਦਾ ਤੁਹਾਨੂੰ ਮੈਂ, ਜਦੋਂ ਫਲੱਡ ਆਇਆ, ਫਲੱਡ ਨੇ ਜਾਣ ਤੋਂ ਬਾਅਦ ਜ਼ਮੀਨ ਦੀ ਬੁਰਾ ਹਾਲਤ ਕਰ ਦੇਣੀ, ਕਿਉਂਕਿ ਉਹ ਫਲੱਡ ਨੇ ਰੇਤਾ ਖਿੱਚ ਕੇ ਲੈਣਾ ਵਾ, ਉਹ ਰੇਤਾ ਜਦੋਂ ਪੂਰੀ ਬੰਜਰ ਜ਼ਮੀਨ 'ਚ ਖਿਲਰ ਜਾਣਾ, ਬੰਜਰ ਮੈਂ ਤਾਂ ਕਹਿ ਰਿਹਾ ਕਿਉਂਕਿ ਬੰਜਰ ਬਣਾ ਦੇਣੀ ਉਹਨੇ, ਜਿੰਨੀ ਮਰਜ਼ੀ ਉਪਜਾਊ ਹੈ, ਉਹਨੇ ਜ਼ਮੀਨ ਨੂੰ ਪੂਰਾ ਜਾਣੀ ਰੇਤੇ ਨਾਲ ਕਵਰ ਕਰ ਦੇਣਾ। ਹੁਣ ਕਿਸਾਨ ਨੂੰ 2-3 ਸਾਲ ਲੱਗਣਗੇ, ਸਹੀ ਮੈਂ ਤੁਹਾਨੂੰ ਦੱਸਾਂ ਮੈਂ ਵੀ ਅੱਜ ਦੀ ਡੇਟ 'ਚ ਕਣਕ ਮਹਿੰਗੀ ਕਿਉਂ ਹੋ ਰਹੀ ਹੈ, ਮੇਨ ਫੈਕਟ ਉਹਦਾ ਵੇਖੋ ਅੱਗੇ ਜਾ ਕੇ ਪੈਣਾ। ਹਲੇ ਤਾਂ ਕਣਕ ਮਹਿੰਗੀ ਹੋਣੀ ਹੈ ਤੁਹਾਡੇ ਲਈ, ਕਣਕ ਮਹਿੰਗੀ ਹੋਣੀ, ਆਟਾ ਸਟਾਰਟਿੰਗ ਹੋਈ ਹੈ। ਹਾਂ ਕੁਛ ਵੀ ਨਹੀਂ ਕਹਿਦਾ ਹਲੇ, ਮੱਖਣ ਦਾ ਥੈਲੀ ਵੇਖੋ ਕਿੰਨੀ ਸੋਹਣੀ ਮਿਲਦੀ ਸਸਤੇ ਰੇਟ। ਹਾਂ ਬਿਲਕੁਲ ਭਾਜੀ, ਹਾਂ ਟਮਾਟਰ ਤਾਂ, ਟਮਾਟਰ ਹੀ ਦੇਖ ਲਓ ਕਿੰਨੇ ਕਿੱਥੇ ਪਹੁੰਚ ਗਏ, ਟਮਾਟਰ ਤਾਂ ਗਹਿਣੇ ਪਾਣੇ ਆਪਾਂ, ਗਹਿਣੇ ਪਾਣੇ। ਹਾਂ ਗਹਿਣੇ ਬਣਾ ਬਣਾ ਦੇਣੇ ਆਉਣ ਵਾਲੇ ਟਾਈਮ 'ਚ, ਵੇਖੋ ਤੁਸੀਂ, ਲੋਕੀ ਰੀਲਾਂ ਬਣਾਈ ਜਾਂਦੇ ਟਮਾਟਰਾਂ ਦੀ ਇੰਸਟਾ ਤੇ, ਜਾਣਾ ਵੀਰੇ ਮੈਂ ਬਣਾਵਾਂ, ਵੇਖੋ ਤੁਸੀਂ, ਆਪਾਂ ਵੀ ਖੂਬ ਐਡ ਕਰਨੀ ਟਮਾਟਰਾਂ ਦੀ। ਤੇ ਚਲੋ ਆਪਾਂ ਮੇਨ ਟੌਪਿਕ ਦੀ ਵੀ ਗੱਲ ਕਰਦੇ ਨਾ, ਕਿ ਹੁਣ ਜਿਹਦੀ ਮੈਂ ਤੁਹਾਨੂੰ ਕਿਸੇ ਕਿਸ ਟੌਪਿਕ ਦੇ ਆਪਾਂ ਗੱਲ ਕਰਦੇ, ਕਣਕ ਬਾਰੇ ਨਾ। ਹੁਣ ਕਣਕ ਮਹਿੰਗੀ ਹੋ ਗਈ, ਜਿਹੜੀ ਤਾਂ ਚਲੋ ਫਰੈਸ਼ ਸੀਗੀ ਉਹ ਤੇ ਯਾਨੀ ਬਾੜ ਦੇ ਵਿੱਚ ਖਰਾਬ ਹੋ ਗਈ, ਕਿਵੇਂ ਹੋ ਗਈ ਹਨਾ, ਪਹਿਲੀ ਗੱਲ ਕਣਕ ਖਰੀਦ ਵੀ ਲੈਣੀ ਉਹਨਾਂ ਨੇ, ਕਣਕ ਖਰਾਬ ਹੋਈ ਕਣਕ ਖਰੀਦ ਵੀ ਲੈਣੀ, ਮੁਆਵਜ਼ਾ ਵੀ ਨਹੀਂ ਦੇਣਾ, ਕਣਕ ਖਰੀਦ ਲਈ, ਕਣਕ ਖਰੀਦਣ ਤੋਂ ਬਾਅਦ ਉਹਨਾਂ ਨੇ ਕੈਮੀਕਲ 'ਚ ਵਾਸ਼ ਕਰਨੀ ਹੈ, ਕੈਮੀਕਲ ਵਾਸ਼ ਕਰਨ ਤੋਂ ਬਾਅਦ ਉਹਨਾਂ ਨੇ ਇੰਨੀ ਕੁ ਸੋਹਣੀ ਬਣਾ ਦੇਣੀ ਨਾ ਉਹਨਾਂ ਨੇ ਵੀ ਆਮ ਕਣਕ ਫਿੱਕੀ ਲੱਗੇਗੀ, ਫਿਰ ਉਸੇ ਦੀ ਆਟਾ ਪੀ ਕੇ ਦੇ ਦੇਣਾ। ਹੁਣ ਕੈਮੀਕਲ ਨਾਲ ਧੋਤੀ ਹੈ, ਜ਼ਹਿਰ ਇਹਨੇ ਦਾ, ਜ਼ਹਿਰ ਹੀ ਹੈ, ਉਹ ਜ਼ਹਿਰ ਪਤਾ ਕਿਸ 'ਚ ਮਿਲਦਾ ਪਿਆ, ਮੈਂ ਨਾਮ ਨਹੀਂ ਲਵਾਂ ਕਿਸੇ ਕੰਪਨੀ ਦਾ, ਕਿਸੇ ਵੀ ਆਟਾ ਕੰਪਨੀ ਦਾ ਨਾਮ ਨਹੀਂ ਲਵਾਂਗਾ, ਬਟ ਤੁਸੀਂ ਜਾਣਦੇ ਹੋ, ਵਿੱਚ ਦੇਖਣ ਨਾਲ ਹਰ ਬੰਦਾ ਜਾਣਦਾ ਸਾਡਾ ਜੋ ਰਿਐਲਿਟੀ ਹੈ ਭਾਜੀ। ਹਾਂ ਪੈਕਿੰਗ ਕੀ ਮਿਲਦਾ ਸਰ, ਤੁਸੀਂ ਜਾਣਦੇ ਹੋ, ਸਹੀ ਨਾ, ਜੋ ਪੈਕਿੰਗ ਮਿਲਦੀ ਨਾ ਉਹੀ ਉਹ ਚੀਜ਼ ਹੈ ਸਮਝੋ। ਜਿਹੜਾ ਬੰਦਾ ਆਮ ਤੁਹਾਡੀ ਗਲੀ ਮੁਹੱਲੇ 'ਚ ਬੈਠਾ ਕਣਕ ਪੀਂਦਾ ਪੈਣਾ, ਉਹ ਬੰਦਾ ਨਹੀਂ ਗੱਲ ਕਰ ਸਕਦਾ, ਕਿਉਂਕਿ ਉਹਨੇ ਆਪਣੀ ਗੁੱਡਵਿਲ ਰੱਖਣੀ ਹੈ, ਉਹਨੂੰ ਪਤਾ ਭਾਈ ਮੇਰਾ ਘਰ ਬਾਹਰ ਹੈ, ਹੁਣ ਜਿਹੜਾ ਪੈਕਿੰਗ ਦੇ ਰਿਹਾ ਉਹਨੇ ਤੇ ਕਹਿਣਾ ਵੀ ਵਪਾਰ ਹੈ, ਚੱਲਣ ਦਿਓ, ਵਪਾਰ ਲੱਗ ਗਿਆ, ਪਿਆਰ ਲੱਗ ਗਿਆ, ਇਸ ਚੀਜ਼ ਦਾ ਬਹੁਤ ਫਰਕ ਹੈ ਸਰ। ਇਸ ਫਲੱਡ ਦੇ ਵਿੱਚ ਦੇਖਿਆ ਜਾਵੇ ਦਿੱਲੀ ਤੱਕ ਪਹੁੰਚ ਗਿਆ ਇਸ ਵਾਰੀ, ਹਾਂ ਦਿੱਲੀ ਪਟਿਆਲਾ ਪੋਸ਼ ਏਰੀਆ ਤੱਕ, ਪਟਿਆਲੇ ਦਾ ਤਾਂ ਵੀਰੇ ਇੰਨੀ ਹਾਲਤ ਬੁਰੀ ਰਹੀ ਨਾ, ਉੱਥੇ ਤੁਸੀਂ ਹਿਸਾਬ ਲਾਓ ਲੋਕਾਂ ਦੀ ਫੋਰਚੂਨਰ ਰੇਂਜ ਰੋਵਰਾਂ ਥਾਰਾਂ ਗਈਆਂ, ਪੂਰੇ ਪਾਣੀ 'ਚ ਰੁੱਲ ਗਈ, ਉੱਥੇ ਟਰੈਕਟਰ ਚੱਲ ਰਿਹਾ ਹੈ, ਬਿਲਕੁਲ ਜਿਵੇਂ ਕਿਤੇ ਆਪਣਾ ਕੱਦੂ ਕਰਨਾ ਹੁੰਦਾ ਰੋਡ ਤੇ, ਏਦਾਂ ਚੱਲ ਰਹੀ ਕੰਡੀਸ਼ਨ ਚੱਲਦੀ ਪਈ ਹੈ। ਹਾਂ ਹੁਣ ਉੱਥੇ ਦੇ ਲੋਕ ਕਿੰਨੇ ਪਰੇਸ਼ਾਨ ਨੇ, ਪਹਿਲਾਂ ਕਹਿੰਦੇ ਜੀ ਪਾਣੀ ਨਹੀਂ ਆ ਰਿਹਾ, ਪਹਿਲਾਂ ਯਾਨੀ ਪੋਰਸ
ਇੰਸ਼ੋਰੈਂਸ ਨੇ ਕੀ ਦੇਣਾ, ਇੰਸ਼ੋਰੈਂਸ ਵੀ ਕੁਛ ਨਹੀਂ ਦੇਣਾ, ਕੁਛ ਵੀ ਨਹੀਂ ਦੇਣਾ, 0% ਜ਼ੀਰੋ ਜ਼ੀਰੋ ਨਾਲੇ ਅਗਲੇ ਦੀ ਕਾਰ ਦੀ ਵੈਲਿਊ ਜ਼ੀਰੋ। ਹੁਣ ਲੋਕਾਂ ਦੀ ਗੱਡੀਆਂ ਦਾ ਇੰਨਾ ਫਾਲਤੂ ਬੁਰੀ ਹੋਈ ਨਾ, ਜਿਹਨੇ 10 ਲੱਖ ਦੀ ਖਰੀਦੀ ਹੈ ਦੂਜੇ ਦਿਨ ਜਿਹਦੀ ਖਰਾਬ ਹੋਈ ਉਹਦਾ 5 ਲੱਖ ਨਹੀਂ ਮਿਲਣਾ, ਮੈਨੂੰ ਦਰਦ ਹੈ, ਸਰਕਾਰ ਨੂੰ ਕੋਈ ਦਰਦ ਨਹੀਂ, ਸਰਕਾਰ ਕਹਿੰਦੀ ਮੁਆਵਜ਼ਾ ਮਿਲੇਗਾ, ਪਰ ਹੁਣ ਜਦੋਂ ਮਿਲੇਗਾ ਉਦੋਂ ਹੀ। ਮੈਂ ਸਰਕਾਰ ਟਾਰਗੇਟ ਨਹੀਂ ਕਰਦਾ ਪਿਆ, ਪਰ ਇੱਥੇ ਗੱਲ ਤੇ ਹੀ ਨਾ ਵੀਰੇ, ਬਟ ਇਹ ਵੀ ਸਰਕਾਰ ਨੂੰ ਚਾਹੀਦਾ ਨਾ, ਜਿਵੇਂ ਹੜ ਆਉਣ ਤੋਂ ਬਾਅਦ ਹੀ ਇਹ ਚੀਜ਼ਾਂ ਦਾ ਪ੍ਰਬੰਧ ਪਹਿਲਾਂ ਕਰਨੀ ਚਾਹੀਦੀ ਚੀਜ਼ਾਂ ਹਨਾ, ਇਹਨਾਂ ਨੂੰ ਪਹਿਲਾਂ ਹੀ ਪ੍ਰਬੰਧ ਕਰਨਾ ਚਾਹੀਦਾ ਵਾ। ਲਾਈਕ ਜਿਵੇਂ ਆਪਾਂ ਗੱਲ ਕਰਦੇ ਹਾਂ ਸਾਡੇ ਉੜੀਸਾ ਦੇ ਵਿੱਚ ਸਾਈਕਲੋਨ ਆਉਂਦੇ ਆ ਹਨਾ, ਉਹਦੇ ਵਿੱਚ ਜਿਵੇਂ ਗੌਰਮੈਂਟ ਜਿੱਥੇ ਉੱਥੇ ਸਮੁੰਦਰ ਦੇ ਇਲਾਕੇ ਜਿਹੜੇ ਰਹਿੰਦੇ ਆ ਲੋਕੀ, ਉਹਨਾਂ ਨੂੰ ਪਹਿਲੀ ਸ਼ਿਫਟ ਕਰ ਦਿੰਦੀ ਹੈ, ਉਹਨਾਂ ਨੂੰ ਪਤਾ ਵਾ ਕਿ ਸਾਈਕਲੋਨ ਆਉਂਦਾ ਵਾ, ਆਪਣੀ ਗੌਰਮੈਂਟ ਨੂੰ ਵੀ ਕਰਨੀ ਚਾਹੀਦੀ। ਬਿਲਕੁਲ ਸਹੀ, ਇਹ ਚੀਜ਼ ਉੱਤੇ ਕਰਨਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰੇ, ਹੁਣ ਮੌਸਮ ਵਿਭਾਗ ਵੀ ਇਹ ਗੱਲ ਨੂੰ ਚੀਕ ਚੀਕ ਕੇ ਕਹਿ ਰਿਹਾ ਸੀ ਵੀ ਇਹਦਾ ਕੰਡੀਸ਼ਨ ਬਣਨੀ, ਕੰਡੀਸ਼ਨ ਬਣਨੀ, ਕੰਡੀਸ਼ਨ ਬਣਨੀ ਹੈ। ਤੇ ਮੈਂ ਸੱਚੀ ਦੱਸਾਂ ਨਾ, ਮੇਰਾ ਖਿਆਲ ਆ ਸਰਕਾਰ ਦੀ ਵੀ ਕੰਡੀਸ਼ਨ ਵੀ ਇਹੋ ਜਿਹੀ ਵੀ ਸਰਕਾਰ ਆਪਣੇ ਵੱਲੋਂ ਤੇ ਭਾਵੇਂ ਕਹਿੰਦੀ ਹੈ ਵੀ ਭਾਈ ਮੇਰੀ ਪੂਰੀ ਕੋਸ਼ਿਸ਼ ਰਹੀ ਹੈ, ਪਰ ਮੇਰਾ ਖਿਆਲ ਪਤਾ ਕੀ ਵੀਰੇ, ਜਿਵੇਂ ਬਾਹਰਲੇ ਮੁਲਕ 'ਚ ਕਿਸੇ ਦੀ ਮੈਂ ਉਹਦਾ ਕੰਪੇਅਰ ਕਰਨ ਵਾਸਤੇ ਐਜ਼ ਫੋਰ ਕੰਪੇਅਰ, ਤੇ ਜਿਵੇਂ ਕਿਸੇ ਵੀ ਪਾਸੇ ਕੋਈ ਵੀ ਦਿੱਕਤ ਆਉਂਦੀ ਹੈ ਬਾਹਰਲੇ ਮੁਲਕਾਂ ਨਾਲ, ਪਹਿਲਾਂ ਕੰਪੈਰੀਜ਼ਨ ਤਾਂ ਉੱਠਦਾ ਨਾ ਮੇਰੇ ਵਰਗੇ ਦਾ ਵੀ ਆਪਾਂ ਜਦੋਂ ਉੱਥੇ ਦੀ ਫੈਸਿਲਿਟੀ ਵੇਖਦੇ ਹਾਂ ਭਾਈ ਉੱਥੇ ਇੱਦਾਂ ਦੀ ਦਿੱਕਤ ਖੜੀ ਏਦਾਂ ਹੱਲ ਹੋ ਗਿਆ। ਵੀਰੇ ਮੇਨ ਗੱਲ ਪਾਪੂਲੇਸ਼ਨ ਦੀ ਹੈ ਵੀਰੇ, ਪੰਜਾਬ ਦੀ ਪਾਪੂਲੇਸ਼ਨ ਕਿੰਨੀ ਹੈ, ਇੰਡੀਆ ਦੀ ਪਾਪੂਲੇਸ਼ਨ ਕਿੰਨੀ ਹੈ ਵੀਰੇ। ਸਰਕਾਰ ਦੇ ਕੋਲ ਇਸ ਟਾਈਮ ਜਿੰਨਾ ਮਰਜ਼ੀ ਤਕੜਾ ਬਜਟ ਹੈ, ਪਰ ਸਰਕਾਰ ਇਸ ਟਾਈਮ ਆਪਣਾ ਭਾਵੇਂ 100% ਦੇ ਰਹੀ ਹੈ, ਪਰ ਸਰਕਾਰ ਨੂੰ 100 ਤੋਂ 150 ਦੇਣਾ ਚਾਹੀਦਾ। ਹਾਂ, ਸਰਕਾਰ ਪਲੱਸ ਦੇਗੀ ਤਾਂ ਕਰਕੇ ਫਾਇਦਾ ਹੋਏਗਾ, ਤਾਂ ਹੀ ਕੋਈ ਸੋਲੂਸ਼ਨ ਨਿਕਲੂਗਾ। ਇੱਦਾਂ ਤਾਂ ਇੰਨਾ ਵੱਡਾ ਏਰੀਆ ਨਾ ਇੰਡੀਆ ਦਾ ਵੀ ਦੇਖਣ ਨੂੰ ਲੱਗਦਾ ਛੋਟਾ, ਪਰ ਅਸਲ ਦੇ ਵਿੱਚ ਉਹਨੂੰ ਕੰਟਰੋਲ ਕਰਨ ਵਾਸਤੇ ਬਹੁਤ ਤਗੜੀ ਸਰਕਾਰ ਚਾਹੀਦੀ ਹੈ। ਪੋਪੂਲੇਸ਼ਨ ਵੱਧਦੀ ਆ, ਘੱਟ ਨਹੀਂ ਰਹੀ, ਵੱਧਦੀ ਪਈ ਆ। ਬਿਲਕੁਲ ਨਹੀਂ ਸਰ, ਬਿਲਕੁਲ ਨਹੀਂ। ਹਾਂ ਹਾਂਜੀ, ਹਰ ਏਰੀਆ ਦੇ ਵਿੱਚ ਇੰਨੇ ਘਰ ਨੇ, ਹਰ ਗਲੀ ਦੇ ਵਿੱਚ ਬਹੁਤ, ਯਾਨੀ ਹਰ ਇੱਕ ਤਰ੍ਹਾਂ ਨਾਲ ਸਮਝੋ ਕਾਰਾਂ ਬਹੁਤ ਨੇ, ਲੋਕੀ ਬਹੁਤ ਨੇ, ਹਰ ਤਰ੍ਹਾਂ ਦਾ ਖਾਣ ਪੀਣ ਦਾ ਵੀ ਪੂਰਾ ਖਰਚ ਹੋ ਰਿਹਾ। ਸਰਕਾਰ ਹਰ ਪਾਸੇ ਟੈਕਸ ਲੈ ਰਹੀ ਹੈ, GST ਲੈ ਰਹੀ ਹੈ, ਬਿਜ਼ਨਸਮੈਨ ਦੇ ਕੋਲ ਪੈਸਾ ਲੈ ਰਹੀ ਹੈ, ਪੈਸਾ ਲੈ ਰਹੀ ਹੈ, ਪਰ ਵਾਪਸ ਕੀ ਮਿਲਦਾ ਕੋਈ ਬਿਜ਼ਨਸਮੈਨ ਨੂੰ GST ਦੇ ਨਾਮ ਤੇ। ਹਾਲੇ GST ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ, ਪਰ ਫਿਰ ਵੀ ਯਾਨੀ ਕਿਤੋਂ ਨਾ ਕਿਤੋਂ ਪੁਆਇੰਟ ਉੱਠਦੇ ਨੇ, ਇੱਕ ਨਾ ਇੱਕ ਜੁੜਦਾ। ਸੋਚੀਏ ਕਾਫੀ ਇਫੈਕਟ ਪੈਂਦੀ ਚੀਜ਼ਾਂ 'ਚ ਵੀਰੇ। ਇਫੈਕਟ ਏਦਾਂ ਨਾ, ਤੁਸੀਂ ਆਮ ਬੰਦੇ ਹੋ, ਮੈਂ ਆਮ ਬੰਦਾ, ਠੀਕ ਹੈ। ਹੁਣ ਮੈਂ ਸਵੇਰੇ ਉੱਠਿਆ ਵਾ, ਮੈਨੂੰ ਟੂਥਪੇਸਟ ਦੀ ਲੋੜ ਹੈ, ਬ੍ਰਸ਼ ਦੀ ਲੋੜ ਹੈ, ਗੱਲ ਸਟਾਰਟ ਹੋਈ ਨਾ। ਮੰਨ ਲਓ ਹਰ ਇੱਕ ਦਿਨ ਬਿਜ਼ਨਸ ਹੈ, ਮੈਂ ਸਵੇਰੇ ਉੱਠਿਆ ਟੂਥਬਰਸ਼ ਮੈਨੂੰ ਚਾਹੀਦਾ, ਮੇਰਾ ਖਰਾਬ ਹੋ ਗਿਆ ਜੇ ਟੂਥਬਰਸ਼, ਮੈਂ ਮਾਰਨਿੰਗ ਜਾਵਾਂਗਾ 18 ਰੁਪਏ ਦਾ ਨਵਾਂ ਕੋਲਗੇਟ ਦਾ ਟੂਥਪੇਸਟ ਲੈ ਕੇ ਆਵਾਂਗਾ, ਉਹ 'ਚ GST ਇੰਕਲੂਡ ਹੈ, ਮੇਰਾ ਟੂਥਪੇਸਟ ਖਤਮ ਹੋ ਗਿਆ। ਮੈਂ ਟੂਥਪੇਸਟ ਲਿਆ 56 ਰੁਪਏ ਦਾ, 90 ਰੁਪਏ ਦਾ, 150 ਰੁਪਏ ਦਾ, ਜਿੰਨੇ ਦਾ ਵੀ, ਮੈਂ ਟੂਥਪੇਸਟ ਲਿਆਂਦਾ। ਕੰਪਨੀ ਦਾ ਕੋਈ ਨਾਮ ਮੈਂ ਐਕਸਪਲੇਨ ਨਹੀਂ ਕਰਾਂਗਾ, ਪਰ ਹੈ ਤਾਂ ਵਪਾਰ ਹੈ ਨਾ, ਸਰਕਾਰ ਨੂੰ ਪੂਰਾ ਟੈਕਸ ਪੇ ਕੀਤਾ। ਉਸ ਤੋਂ ਬਾਅਦ ਫਿਰ ਨਾ ਜਾਣਾ ਜੀ, ਸਾਬਣ ਚਾਹੀਦਾ, ਪਾਣੀ ਵਰਤ ਰਿਹਾ ਨਹਾਉਣ ਵਾਸਤੇ, ਪਾਣੀ ਦਾ ਟੈਕਸ ਲੱਗ ਰਿਹਾ, ਪਾਣੀ ਦਾ ਬਿੱਲ ਆ ਰਿਹਾ, ਬਿਜਲੀ ਵਰਤਦੇ ਪਏ, ਬਿਜਲੀ ਦਾ ਬਿੱਲ ਆਉਂਦਾ। ਚਲੋ ਭਗਵੰਤ ਮਾਨ ਸਾਹਮਣੇ ਅੱਜ ਦੀ ਡੇਟ 'ਚ ਤਾਂ ਮੇਰਾ ਖਿਆਲ ਹੈ ਵੀ ਆਲਮੋਸਟ ਫ੍ਰੀ ਕੀਤੇ ਆ 80% ਅੱਸੀ ਫੀਸਦ ਪੰਜਾਬ ਵਾਸਤੇ, ਤਾਂ ਉਹਨਾਂ ਵਾਸਤੇ ਵੀ ਜਿਹੜੇ 600 ਯੂਨਿਟ ਤੋਂ ਥੱਲੇ ਚੱਲਦੇ ਪਏ ਨੇ। ਹੁਣ ਕਈਆਂ ਦਾ ਵੱਧ ਵੀ ਜਾ ਰਿਹਾ ਵੈਸੇ, ਪਰ ਮੇਰਾ ਖਿਆਲ ਹੈ ਵੀ ਬਹੁਤਿਆਂ ਦਾ ਤੇ, ਚਲੋ ਜਿਹਨਾਂ ਦਾ ਜਾ ਰਿਹਾ ਉਹ ਵੈਸੇ ਜ਼ਿਆਦਾ ਇਸ ਗੱਲ ਨੂੰ ਕੈਚ ਕਰਨਗੇ, ਉਹ ਮੇਰੀ ਗੱਲ ਨੂੰ ਬਿਲਕੁਲ ਕੱਟਣਗੇ ਵੀ ਨਹੀਂ 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 ਸਰ ਬਿੱਲ ਨਹੀਂ ਆ ਰਿਹਾ ਵੀਰੇ, ਉਹਨਾਂ ਦਾ ਹੀ ਆ ਰਿਹਾ ਜਿਨ੍ਹਾਂ ਨੇ ਬੱਤੀ ਯੂਜ਼ ਕੀਤੀ ਹੈ। ਹਾਂਜੀ, ਇਹ ਹੁਣ ਜਿਹਨੇ ਘਰ 2 AC ਚੱਲਦੇ ਨੇ ਉਹਨੂੰ ਪਤਾ ਹੀ ਕੀ ਬੱਤੀ ਫੁੱਕ ਰਹੀ ਹੈ। ਉਹੀ ਪੁਆਇੰਟ ਉੱਥੇ ਆ ਜਾਂਦਾ ਕਿ ਜਿੱਥੇ ਵੀ ਦੇਖਿਆ ਜਾਵੇ ਆਮ ਬੰਦਾ ਵਾ ਉਹ ਰੋਲਦਾ ਹੀ ਪਿਆ ਵਾ। ਆਮ ਬੰਦਾ ਵੀਰੇ, ਆਮ ਬੰਦਾ ਥੱਲੇ ਆ ਵੀਰੇ, ਹਰ ਇੱਕ ਬੰਦੇ ਦਾ ਇੱਕ ਨਾ ਇੱਕ ਪ੍ਰਾਈਵੇਟ ਕੰਮ ਹੁੰਦਾ, ਉਹ ਬੇਸ਼ੱਕ ਨੌਕਰੀ ਕਰਦਾ, ਉਹ ਬੇਸ਼ੱਕ ਵਪਾਰ ਕਰਦਾ, ਬੇਸ਼ੱਕ ਜਿਹੜਾ ਮਰਜ਼ੀ ਏਰੀਆ ਜਿਹੜਾ ਮਰਜ਼ੀ ਸੈਕਸ਼ਨ ਹੈ ਉਹ 'ਚ ਕੰਮ ਕਰਦਾ ਪਿਆ, ਉਹ 'ਚ ਵੀਰੇ ਉਹ ਟੈਕਸ ਪੇ ਵੀ ਕਰਦਾ, ਅਗਰ ਉਹ ਤਨਖਾਹ ਲੈ ਰਿਹਾ ਉਹ 'ਚ ਵੀ ਟੈਕਸ ਦੀ ਕਟੌਤੀ ਹੈ, ਅਗਰ ਉਹ ਬਿਜ਼ਨਸ ਕਰਦਾ ਉਹ 'ਚ ਵੀ ਕਟੌਤੀ ਹੋ ਰਹੀ ਹੈ। ਹੁਣ ਵੀਰੇ ਬਿਜ਼ਨਸਮੈਨ ਵਾਸਤੇ ਔਖਾ ਤਾਂ ਹੈ ਨਾ, ਵੀ ਜਿਹੜਾ ਛੋਟਾ ਬਿਜ਼ਨਸਮੈਨ, ਮੈਂ ਵੱਡੇ ਨੂੰ ਟਾਰਗੇਟ, ਵੱਡੇ ਤਾਂ ਵੀਰੇ ਕੰਟਰੋਲ ਕਰ ਲਿਆ ਇਸ ਟਾਈਮ, ਵੱਡਾ ਬਿਜ਼ਨਸਮੈਨ ਅੱਜ ਦੀ ਡੇਟ 'ਚ ਪੂਰੀ ਸਰਕਾਰ ਨੂੰ ਕੰਟਰੋਲ ਕਰਦਾ, ਉਹਦੇ ਹੱਥ 'ਚ ਹੈ, ਉਹ ਜੋ ਚੀਜ਼ ਵੇਚਣਾ ਚਾਹੁੰਦਾ ਹੈ ਉਹ ਆਪਣਾ ਐਡਵਰਟਾਈਜ਼ ਕਰਦਾ, ਲੋਕਾਂ ਦੇ ਮਾਇੰਡ 'ਚ ਉਹ ਚੀਜ਼ ਭਰਦਾ, ਸਰਕਾਰ ਪੂਰੀ ਹੈਲਪ ਕਰਦੀ ਫਿਰ। ਹਾਂ, ਹਰੇਕ ਚੀਜ਼, ਬੇਸ਼ੱਕ ਚੀਜ਼ ਵਧੀਆ ਵਾ, ਬੇਸ਼ੱਕ ਚੀਜ਼ ਥੋੜ੍ਹੀ ਜਿਹੀ ਹਲਕੀ ਹੈ, ਸੱਸੀ ਜਿਵੇਂ ਮਰਜ਼ੀ ਹੈ, ਅਗਰ ਚੀਜ਼ ਮੇਰਾ ਖਿਆਲ ਹੈ ਗੁੱਡ ਹੈ ਤੇ ਉਹਨੂੰ ਪੋਜ਼ਿਟਿਵ ਮਿਲਣਾ ਚਾਹੀਦਾ, ਅਗਰ ਚੀਜ਼ ਮਾੜੀ ਹੈ ਉਹਨੂੰ ਨੈਗੇਟਿਵ ਮਿਲਣਾ ਚਾਹੀਦਾ। ਪੋਜ਼ਿਟਿਵ ਨੈਗੇਟਿਵ ਦੀ ਗੇਮ ਹੈ, ਆਪਣੇ ਇੱਥੇ ਭੇਡ ਚਾਲ ਹੈ, ਪਰ ਗੱਲ ਹੁਣ ਫਿਰ ਮੈਂ ਕਰਨ ਲੱਗਾ ਸੀ, ਮੇਰੇ ਮੂੰਹ 'ਚ ਫਿਰ ਹੋਈ ਨਿਕਲਣ ਲੱਗਾ ਸੀ ਵੀ ਹਾਂ ਬਾਹਰਲੀ ਗੱਲ, ਬਾਹਰਲਾ ਮੇਨ ਮਕਸਦ ਪਤਾ ਕਿਉਂ ਫਿਰ ਉੱਠਿਆ, ਉੱਥੇ ਲੋਕ ਬਹੁਤ ਪ੍ਰੈਕਟੀਕਲ ਨੇ, ਤੇ ਜਿਵੇਂ ਤੁਸੀਂ ਲਾਓ ਸਪੋਜ਼ ਕਰੋ ਮੈਂ ਅਗਰ ਬਾਹਰਲੇ ਮੁਲਕ 'ਚ ਰਹਿ ਰਿਹਾ ਨਾ, ਅਗਰ ਮੈਂ ਗੋਰਾ ਵਾਂ ਮੈਂ ਮੰਨ ਲਓ ਆਪਣੇ ਘਰ ਵਾਸਤੇ ਬੈੱਡ ਲੈਣਾ, ਹੁਣ ਮੇਰੇ ਵਰਗਾ ਬੰਦਾ ਬੈੱਡ ਲੈ ਜਾਏਗਾ ਤੇ ਬੰਦਾ ਕੀ ਵੇਖੇਗਾ, ਅਗਰ ਇੰਡੀਆ ਦੇ ਵਿੱਚ ਹੈ ਤੇ ਬੰਦਾ ਵੇਖਿਆ ਧੋ ਵੱਡੀ ਹੋਣੀ ਚਾਹੀਦੀ, ਧੋ ਵੱਡੀ ਚਾਹੀਦੀ, ਧੋ ਵੱਡੀ ਚਾਹੀਦੀ ਹੈ, ਸਜਾਵਟੀ ਚਾਹੀਦੀ ਹੈ, ਵੀ ਗੱਦਾ ਏਡਾ ਮੋਟਾ ਚਾਹੀਦਾ, ਸਲੀਪ ਵੈਲ ਦਾ ਵੱਡਾ ਇੰਚ ਦਾ ਕੰਫਰਟੇਬਲ ਰਹੇ, ਹਾਂ ਵੀ ਵੱਡਾ ਤਕੜਾ ਸੋਹਣੀ ਮਹਿੰਗਾ ਬ੍ਰਾਂਡਡ ਚਾਹੀਦਾ। ਉਹ ਬ੍ਰਾਂਡਡ ਦੇ ਚੱਕਰ
ਉਹ ਗਿਆ ਵੀਰੇ ਕੋਈ ਬੈਡ ਲੈਣ, ਉਹਨੇ ਵੇਖਣਾ ਵੀਰੇ ਬੈਡ ਦੀ ਕੁਆਲਿਟੀ ਕਿਹੋ ਜਿਹੀ ਹੈ, ਮੈਨੂੰ ਲੱਕੜ ਕਿਹੜੀ ਮਿਲਦੀ ਪਈ ਹੈ, ਉਹਨੇ ਵੇਖਣਾ ਨੀ ਮੈਨੂੰ ਧੋ ਜਾਈਦੀ, ਉਹਨੇ ਕਿਹਾ ਧੋ ਤੂੰ ਰੱਖ ਲੈ, ਮੈਨੂੰ ਬੈਡ ਚਾਹੀਦਾ ਜਿੱਥੇ ਮੈਂ ਸੋਣਾ ਵਾ, ਮੈਨੂੰ ਬੈਡ ਚਾਹੀਦਾ, ਇੱਕ ਬੈਡ ਦੇ ਨਾਲ ਛੋਟਾ ਜਿਹਾ ਕੈਬਿਨਟ ਚਾਹੀਦਾ ਜਿਹਦੇ ਵਿੱਚ ਮੈਂ ਇੱਕ ਬੁੱਕ ਰੱਖਣੀ ਹੈ ਆਪਣੀ, ਪੈਨ ਪੈਨਸਿਲ ਰੱਖਣਾ ਵਾ ਆਪਣੇ ਵਾਸਤੇ, ਛੋਟਾ ਮੋਟਾ ਸਮਾਨ ਰੱਖਣਾ ਹੈ ਜ਼ਰੂਰਤ ਦਾ, ਹਾਂ ਜ਼ਰੂਰਤ ਦੀ ਚੀਜ਼ਾਂ ਰੱਖਣੀਆਂ। ਹੁਣ ਬੈਡ ਉਹਨੇ ਦੇਖਣਾ ਵਧੀਆ ਕੁਆਲਿਟੀ ਦਾ, ਉਹਨੇ ਕਹਿਣਾ ਵੀ ਭਾਈ ਮੈਨੂੰ ਸਿੰਗਲ ਦੇ ਦੇ ਡਬਲ ਛੱਡ ਕੇ, ਪਰ ਬੈਡ ਮੈਨੂੰ ਵਧੀਆ ਦੇ ਵੀ ਮੈਂ ਅਗਰ ਬੈਠਾ ਤੇ ਮੇਰੇ ਪੈਰ ਥੱਲੇ ਲੱਗਣ ਬਰਾਬਰ, ਕੁਆਲਿਟੀ ਮੈਟਰ ਕਰਦੀ, ਕੁਆਲਿਟੀ ਮੈਟਰ ਕਰਦੀ ਹੈ ਉੱਥੇ, ਸਿਰਫ ਉਹਦੇ ਵਾਸਤੇ ਜਿਹੜਾ ਬੰਦਾ ਸਮਝਦਾ ਵਾ। ਲੋਕਾਂ ਦੇ ਹੁਣ ਲੋਕ ਤਾਂ ਨੀ, ਮੈਂ ਕਹਿਣਾ ਚਾਹਾਂਗਾ, ਮੈਂ ਆਪਣੀ ਗੱਲ ਕਰਾਂਗਾ ਨਾ, ਹੁਣ ਭੇਡ ਚਾਲ ਤਾਂ ਹੈ ਨਾ ਵੀ ਮੈਂ ਅਗਰ ਫੋਨ ਲੈਣ ਜਾ ਰਿਹਾ ਤੇ ਫੋਨ ਦੇ ਮਾਮਲੇ ਪਹਿਲਾਂ ਮਾਈਂਡ ਆਈਫੋਨ ਦਾ ਆਉਂਦਾ, ਆਈਫੋਨ ਦਾ ਵੀ ਜਿਵੇਂ ਠੀਕ ਹੈ ਸਿਸਟਮ ਵੀਰੇ, ਪਰ ਮੈਂ ਕਹਿੰਦਾ ਵੀ ਆਮ ਬੰਦੇ ਵਾਸਤੇ ਨੀ ਬਣੀ ਚੀਜ਼, ਮਹਿੰਗਾ ਜ਼ਰੂਰ ਹੈ ਪਰ ਮਹਿੰਗੇ ਦੇ ਨਾਲ ਉਹ ਫਿਰ ਗੱਲ ਉੱਥੇ ਕੁਆਲਿਟੀ ਨਹੀਂ ਹੈਗੀ, ਸਭ ਕੁਛ ਨਹੀਂ ਮਿਲਣਾ ਤੁਹਾਨੂੰ ਵਿੱਚ, ਉਹਦੇ ਸਭ ਕੁਛ ਨਹੀਂ ਹੈਗਾ ਇੱਕ ਚੀਜ਼ ਦੇ ਵਿੱਚ, ਇਹ ਚੀਜ਼ ਨੂੰ ਪੁਆਇੰਟ 2 ਵੀ ਨੋਟਡ ਕਰਨਾ ਚਾਹੀਦਾ।